ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਸਨਮਾਨ ਨਾਲ ਸਨਮਾਨਿਤ ਮਨਮੋਹਨ ਸਿੰਘ ਦਾਉਂ ਦੀ ਪੁਸਤਕ ਹੈ ਫੁੱਲਾਂ ਦੀਆਂ ਬੁਝਾਰਤਾਂ। ਇਹ ਪੁਸਤਕ ਸਮਰਪਿਤ ਹੈ ਕਹਾਣੀਆਂ ਪੜ੍ਹਨ ਵਾਲੇ ਅਤੇ ਕਹਾਣੀਆਂ ਸੁਣਨ ਵਾਲੇ ਵਿਦਿਆਰਥੀਆਂ ਦੇ ਨਾਂ। ਪਹਿਲੀ ਕਹਾਣੀ ਹੈ ਫੁੱਲਾਂ ਦੀਆਂ ਬੁਝਾਰਤਾਂ। ਗਰਮੀਆਂ ਦੀਆਂ ਛੁੱਟੀਆਂ ਸਨ। ਹੁਸਨਵੀਰ ਆਪਣੀ ਭੂਆ ਦੇ ਘਰ ਗਿਆ। ਭੂਆ ਉਸ ਨੂੰ ਬਹੁਤ ਪਿਆਰ ਕਰਦੀ ਸੀ। ਹੁਸਨਵੀਰ ਨੇ ਆਪਣੀ ਭੂਆ ਦੇ ਪੈਰੀਂ ਹੱਥ ਲਾ ਕੇ ਸਤਿਕਾਰ ਕੀਤਾ। ਭੂਆ ਨੇ ਅਸੀਸਾਂ ਦੇ ਕੇ ਉਹਨੂੰ ਗਲਵੱਕੜੀ 'ਚ ਲੈ ਲਿਆ। ਇਹਨੇ ਨੂੰ ਭੂਆ ਦੀ ਬੇਟੀ ਸੁਖਨ ਵੀ ਆ ਗਈ। ਵੀਰ ਹੁਸਨਵੀਰ ਨੂੰ ਮਿਲ ਕੇ ਉਸ ਨੂੰ ਚਾਹ ਚੜ੍ਹ ਗਿਆ। ਉਹ ਉਸ ਤੋਂ 4 ਸਾਲ ਵੱਡੀ ਸੀ। ਦੋਵੇਂ ਖੇਡ ਕੇ ਖੁਸ਼ ਹੁੰਦੇ, ਕਦੇ ਕਦੇ ਆਪਣੇ ਸਕੂਲ ਦੀਆਂ ਗੱਲਾਂ ਵੀ ਕਰਦੇ, ਆਪਣੇ ਅਧਿਆਪਕਾਵਾਂ ਬਾਰੇ ਵੀ ਗੱਲਾਂ ਕਰਦੇ। ਸਾਰਿਆਂ ਨੇ ਤੀਜੇ ਪਹਿਰ ਦੀ ਚਾਹ ਪੀਤੀ। ਸੁਖਨ ਨੇ ਆਪਣੇ ਘਰ ਫੁੱਲਾਂ ਦੀਆਂ ਕਿਆਰੀਆਂ ਬਣਾਈਆਂ ਸਨ। ਉਸਨੂੰ ਘਰ ਸ਼ਿੰਗਾਰਨ ਦਾ ਬਹੁਤ ਸ਼ੌਕ ਸੀ। ਹਰ ਹਫ਼ਤੇ ਉਹ ਘਰ ਦੇ ਵਰਾਂਡੇ, ਵਿਹੜੇ ਅਤੇ ਪੌੜੀਆਂ ਨੂੰ ਵੱਖੋ ਵੱਖ ਵਸਤਾਂ ਨਾਲ ਸਜਾਉਂਦੀ ਰਹਿੰਦੀ। ਗਮਲਿਆਂ 'ਚ ਫੁੱਲਾਂ ਦੀ ਦੇਖਭਾਲ ਕਰਦੀ। ਮਾਲੀ ਤੋਂ ਫੁੱਲਾਂ ਬਾਰੇ ਜਾਣਕਾਰੀ ਵੀ ਲੈਂਦੀ ਰਹਿੰਦੀ। ਸੁਖਨ ਆਪਣੇ ਵੀਰ ਨੂੰ ਫੁੱਲਾਂ ਦੀਆਂ ਕਿਆਰੀਆਂ ਵਿਖਾਉਣ ਲਈ ਬੜੀ ਉਤਾਵਲੀ ਸੀ। ਕਿਆਰੀਆਂ 'ਚ ਕਈ ਕਿਸਮ ਦੇ ਫੁੱਲ ਖਿੜੇ ਹੋਏ ਸਨ। ਸੁਖਨ ਨੂੰ ਇੱਕ ਗੱਲ ਸੁੱਝੀ। ਕਹਿਣ ਲੱਗੀ ਕਿ ਮੈਂ ਤੈਨੂੰ ਫੁੱਲਾਂ ਦੀਆਂ ਕਿਆਰੀਆਂ ਤਾਂ ਵਿਖਾਵਾਂਗੀ ਜ਼ਰੂਰ, ਪਰ ਪਹਿਲਾਂ ਮੇਰੀਆਂ ਬੁਝਾਰਤਾਂ ਦੇ ਉੱਤਰ ਦੇਵੀਂ। ਹੁਸਨਵੀਰ ਹੱਸਣ ਲੱਗ ਪਿਆ। ਹਾਂ ਹਾਂ, ਮੈਂ ਜ਼ਰੂਰ ਉੱਤਰ ਦੇਵਾਂਗਾ। ਸੁਖਨ ਨੇ ਇੱਕ ਕਾਪੀ ਲਿੱਤੀ ਅਤੇ ਫੁੱਲਾਂ ਬਾਰੇ ਕਾਵਿਕ ਬੁਝਾਰਤਾਂ ਲਿਖਣ ਲੱਗ ਪਈ। ਅੱਛਾ ਹੁਸਨਾ, ਮੈਂ 5 ਬੁਝਾਰਤਾਂ ਲਿਖਾਂਗੀ ਅਤੇ ਤੂੰ ਖਾਲੀ ਥਾਂ 'ਤੇ ਫੁੱਲ ਦਾ ਨਾਮ ਲਿਖਣਾ ਹੋਏਗਾ। ਲੈ, ਇਹ ਵੀ ਕੋਈ ਔਖਾ ਹੈ, ਹੁਸਨਵੀਰ ਬੋਲਿਆ। ਸੁਖਨ ਨੇ ਬਹੁਤ ਸੁੰਦਰ ਲਿਖਾਈ ਨਾਲ 5 ਬੁਝਾਰਤਾਂ ਲਿਖੀਆਂ ਅਤੇ ਉੱਤਰ ਲਈ ਹੁਸਨਵੀਰ ਨੂੰ 7 ਮਿੰਟ ਦਾ ਸਮਾਂ ਦਿੱਤਾ। ਸੁਖਨ ਨੇ 5 ਬੁਝਾਰਤਾਂ ਲਿਖੀਆਂ। ਪਹਿਲੀ, ਚਿੱਟੇ ਰੰਗ ਦੀ ਹਵੇਲੀ ਵਿੱਚ ਖਿੜਿਆ ਫੁੱਲ ਡੈਸ਼। ਦੂਸਰੀ, ਸੋਹਣੇ ਦੇਸਾਂ ਵਿੱਚੋਂ ਦੇਸ਼ ਪੰਜਾਬ, ਜਿਵੇਂ ਫੁੱਲਾਂ ਵਿੱਚੋਂ ਫੁੱਲ ਡੈਸ਼। ਤੀਸਰਾ, ਪਾਣੀ ਦੇ ਵਿੱਚ ਗੈਂਡਾ ਕਿਆਰੀ ਖਿੜਿਆ ਡੈਸ਼। ਚੌਥਾ, ਆ ਜਾ ਖੇਡੀਏ ਬੇਲੀਆ ਗਮਲੇ ਖਿੜਿਆ ਡੈਸ਼। ਅਤੇ ਪੰਜਵੀਂ, ਚਾਟੀ ਦੇ ਵਿੱਚ ਘੁੰਮੇ ਮਧਾਣੀ ਰਾਤੀ ਖਿੜਕੀ ਡੈਸ਼। ਹੁਸਨਵੀਰ ਨੇ 5 ਬੁਝਾਰਤਾਂ ਧਿਆਨ ਨਾਲ ਪੜ੍ਹੀਆਂ। ਸੁਖਨ ਨੇ ਇੱਕ ਸ਼ਰਤ ਇਹ ਵੀ ਲਾਈ ਕਿ ਫੁੱਲ ਦੇ ਨਾਂ ਦੇ ਸ਼ਬਦ ਜੋੜ ਸਹੀ ਹੋਣ। ਹੁਸਨਵੀਰ ਨੇ 4 ਫੁੱਲਾਂ ਦੇ ਨਾਂ ਤਾਂ ਠੀਕ ਲਿਖ ਦਿੱਤੇ, 1 ਫੁੱਲ ਦਾ ਨਾਂ ਗਲਤ ਸੀ। ਬੁਝਾਰਤਾਂ ਦੇ ਉੱਤਰ ਠੀਕ ਕਰਕੇ ਲਿਖ, ਸੁਖਨ ਨੇ ਵੀਰੇ ਨੂੰ ਕਿਹਾ। ਉੱਤਰ ਸਨ, ਪਹਿਲਾ, ਚਿੱਟੇ ਰੰਗ ਦੀ ਹਵੇਲੀ ਵਿੱਚ ਖਿੜਿਆ ਫੁੱਲ ਚਮੇਲੀ। ਦੂਸਰਾ, ਸੋਹਣੇ ਦੇਸਾਂ ਵਿੱਚੋਂ ਦੇਸ਼ ਪੰਜਾਬ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ। ਤੀਸਰਾ, ਪਾਣੀ ਦੇ ਵਿੱਚ ਗੈਂਡਾ ਕਿਆਰੀ ਖਿੜਿਆ ਗੇਂਦਾ। ਚੌਥੀ, ਆ ਜਾ ਖੇਡੀਏ ਬੇਲੀਆ ਗਮਲੇ ਖਿੜਿਆ ਡੇਲੀਆ। ਅਤੇ ਪੰਜਵੀਂ, ਚਾਟੀ ਦੇ ਵਿੱਚ ਘੁੰਮੇ ਮਧਾਣੀ ਰਾਤੀ ਖਿੜਕੀ ਰਾਤ ਦੀ ਰਾਣੀ। ਹੁਸਨਵੀਰ ਨੇ 5 ਬੁਝਾਰਤਾਂ ਧਿਆਨ ਨਾਲ ਪੜ੍ਹੀਆਂ। ਸੁਖਨ ਨੇ ਇੱਕ ਸ਼ਰਤ ਇਹ ਵੀ ਲਾਈ ਕਿ ਫੁੱਲ ਦੇ ਨਾਂ ਦੇ ਸ਼ਬਦ ਜੋੜ ਸਹੀ ਹੋਣ। ਹੁਸਨਵੀਰ ਨੇ 4 ਫੁੱਲਾਂ ਦੇ ਨਾਂ ਤਾਂ ਠੀਕ ਲਿਖ ਦਿੱਤੇ, 1 ਫੁੱਲ ਦਾ ਨਾਂ ਗਲਤ ਸੀ। ਬੁਝਾਰਤਾਂ ਦੇ ਉੱਤਰ ਠੀਕ ਕਰਕੇ ਲਿਖ, ਸੁਖਨ ਨੇ ਵੀਰੇ ਨੂੰ ਕਿਹਾ। ਉੱਤਰ, ਚਮੇਲੀ, ਗੁਲਾਬ, ਗੇਂਦਾ, ਡੇਲੀਆ ਅਤੇ ਰਾਤ ਦੀ ਰਾਣੀ ਸੀ। ਬੁਝਾਰਤਾਂ ਦੇ ਉੱਤਰ ਚੈੱਕ ਕਰਨ ਤੋਂ ਬਾਅਦ ਦੋਵੇਂ ਬਹੁਤ ਖੁਸ਼ ਹੋਏ। ਫੁੱਲਾਂ ਦੀਆਂ ਕਿਆਰੀਆਂ, ਖਿੜੇ ਫੁੱਲ ਉਹਨਾਂ ਦੀ ਉਡੀਕ ਕਰ ਰਹੇ ਸਨ। ਸੁਖਨ ਨੇ ਇਕੱਲੀ ਇਕੱਲੀ ਕਿਆਰੀ ਦੇ ਫੁੱਲਾਂ ਨਾਲ ਹੁਸਨਵੀਰ ਦੀ ਸਾਂਝ ਪੁਆਈ। ਫੁੱਲਾਂ ਦੇ ਰੰਗਾਂ ਅਤੇ ਮਹਿਕਾਂ ਨਾਲ ਵਿਹੜਾ ਸੁੰਦਰ ਲੱਗ ਰਿਹਾ ਸੀ। ਸੁਖਨ ਭੈਣ, ਮੈਂ ਫੁੱਲਾਂ ਦੇ ਚਿੱਤਰ ਬਣਾਵਾਂਗਾ। ਉਸਨੇ ਝੱਟ ਆਪਣੇ ਫੋਨ 'ਚੋਂ ਫੁੱਲਾਂ ਦੀ ਫੋਟੋਗ੍ਰਾਫੀ ਕਰ ਲਈ ਅਤੇ ਫੁੱਲਾਂ ਦੇ ਚਿੱਤਰ ਬਣਾ ਕੇ ਭੇਜਣ ਦਾ ਵਾਅਦਾ ਕੀਤਾ।
धन्यवाद। अगली कहानी है पत्ते ते डड्डी। शहर तो दूर एक वड्डा तालाब सी। ये तालाब बहुत पुराना सी। इस नू करमोदास दा तालाब करके जाणिया जांदा सी। लोकी दसदे सन के तालाब साधु बिरती दे मालक करमोदास ने लोकां लई पाणी दी लोड़ नू पूरियां करन लई पटवाया सी। कई महीने लोकी इस तालाब नू बनाउण विच लगे रहे सन। एक गल लगभग एक सदी पुरानी सी। इलाके च इस तालाब नाल पानी दी घाट ना रही। समा लंघदा रहा, मुड़ किसी ने इस तालाब दी सार ना लई। हुण इस तालाब विच पानी दे जीव जंतु पैदा हो गए। आले दुआले जंगल हो गया। तालाब विच बहुत वड्डे वड्डे कछू, डड्डू, मच्छ, मच्छियां, कंडेरे, सराला, सप्प ते किन्ने ही होर जीव रहन लगे। तरह तरह दियां जल बूटियां ते होर पौधे पैदा हो गए। एक कंडे दे नेड़े कंवल फुल ते उसदे वड्डे वड्डे पत्तियां दी हरियाली दी सुंदरता हर किसी का मन मोह लैंदी। तालाब दी सफाई किसने करनी सी, सगो पानी गंधला ते बदबू मारन लग पिया। तालाब दा जहरीला पानी जीवां लई मारू हो सकदा सी। जल जीवां नू चिंता होण लगी। असल विच शहर दे लोक इस तालाब नू नकारा समझ इस विच कूड़ा, कबाड़, मल मूत्र ते बदबूदार पदार्थ सुट्टन लग पए सन। तालाब दे पानी दी संभाल कौन करे, वड्डी समस्या सी। सोच सोच के जल जीवां ने अपना मुखी बनाउण दी सोची। सारिया ने सोचिया कि पानी साफ सुथरा रहना बहुत जरूरी है। पशु पंछियां ते जीवां दे जिउंदा रहन लई तालाब दा पानी निर्मल किवें निर्मल रख्या जावे। मुखी बनाउण लई शर्त रखी गई कि जिहड़ा कमल दे पत्तियां ते बैठ के जीवां नू संबोधन करेगा उही तालाब दा नेता अखवाएगा। कमल दा पत्ता उस लई सिंघासन होवेगा। तालाब तो बाहर निकल के संबोधन करना खतरनाक हो सकता सी। कोई भी बाहर कंडे ते जाना नहीं सी चाहुंदा। बंदियां दियां मारू नीति तो जीवां नू खतरा सी। तालाब भी अंदरों अंदरी खुश होण लगा। कंवल दे पत्ते ते कौन बैठे बैठे इस प्रीख्या नू कौन पास करे। वड्डे वड्डे भारू, मच्छ, डड्डू, सप्प, सराला, कंडेरे आदि का बोझ कंवल दा पत्ता किवें झल सकदा सी। सौरियां दी हार हुंदी गई। हर कोई तिलक के तड़म करदा पानी च डिग जांदा। तालाब दा मुखी कौन बने, सारे चिंतित हो गए। उस तालाब दे कंडे एक बिरख ते एक बिरध तोता रहिंदा सी। उन्हें जल जीवां नू चिंतित होए वेख्या। उहदे कन्नी तालाब दा मुखी कौन बने दी आवाज़ पई। उह भी चाहुंदा सी कि तालाब दा पानी साफ सुथरा रहे। किन्ने ही होर पंछी भी अपनियां चुंझां तालाब दे पानी च डुबो के तृप बुझाउंदे सन। तोते ने सियाणप तो काम लिया। उन्हें वेख्या एक डड्डी तालाब दे कंडे दे नाल नाल तैर रही सी। प्यारी डड्डीए, तू कमल दे पत्ते ते बैठ सकदी है। तेरा भार बहुता नहीं, तू होर जीवां तो हौली है। कमल दी डंडी फड़ के पुल्लियां दे के पत्ते ते जा बैठ। जीवां दा मुखी बन, सारियां नू संबोधन कर, पानी सुथरा रहे। इस विच सब दा भला होएगा। सियाणे तोते ने कहा। डड्डी नू तोते दी गल समझ आ गई। उसने दलेरी कीती। कुछ ही मिंटां च डड्डी कमल दे पत्ते ते जा बैठी। जीवां ने खुशी मनाई कि समस्या हल हो गई है। तोते दे सुने बोलां अनुसार डड्डी ने अपनी मिठी आवाज़ संबोधन करना शुरू किया। प्यारे जीवो, ये तालाब सब दा सांझा है। इस दा पानी साफ सुथरा ते शुद्ध रहन नाल ही साडा जीवन है। पानी वडमुली दात है, एक कुदरती दात है। इसकी संभाल होना जरूरी है। पानी दी पवित्रता रखनी वड्डा धर्म है। रुखां ते बैठे पंछियां ने भी डड्डी नू बोलदियां सुनिया। पंछियां नू भी डड्डी दियां गल्लां चंगियां लगियां। उन्होंने भी फैसला किया कि इस तालाब के उत्तों उडदियां अपनियां विठां नहीं करनियां। ये तालाब साडी त्रेह बुझाउण ते नहाउण दा वड्डा सोम है। असी भी डड्डी नू इस तालाब का मुखी मानदे हां। अचानक उस वेले एक समाज सेवी बजुर्ग उत्थों दी लंघिया जा रहा सी। डड्डी ते जीवां दा ते पंछियां दा कीता फैसला सुन के वह हैरान हो गया। साडे नालों तां जीव ते पंछी
ਪਾਣੀ ਦੀ ਸ਼ੁੱਧਤਾ ਬਾਰੇ ਵਧੇਰੇ ਸਿਆਣੇ ਹਨ। ਕੁਝ ਦਿਨਾਂ ਬਾਅਦ ਉਸ ਬਜ਼ੁਰਗ ਨੇ ਤਲਾਬ ਦੇ ਕੰਢੇ 'ਤੇ ਇੱਕ ਵੱਡਾ ਬੋਰਡ ਲਵਾ ਦਿੱਤਾ ਜਿਸ 'ਤੇ ਲਿਖਿਆ ਸੀ, ਇਹ ਤਲਾਬ ਸਾਡੇ ਵਿਰਸੇ ਦੀ ਧਰੋਹਰ ਹੈ, ਇਸ ਦੀ ਸਾਂਭ ਸੰਭਾਲ ਕਰਨਾ ਵੱਡਾ ਪਰਉਪਕਾਰ ਹੈ। ਜਲ ਦੇ ਸੋਮੇ ਦੀ ਸ਼ੁੱਧਤਾ ਰੱਖਣੀ ਸਾਡਾ ਸਾਰਿਆਂ ਦਾ ਕਰਤੱਵ ਹੈ। ਇਸ ਵਿੱਚ ਕੂੜਾ ਕਰਕਟ, ਗੰਦ ਮੰਦ ਅਤੇ ਕੋਈ ਜ਼ਹਿਰੀ ਚੀਜ਼ ਸੁੱਟਣ ਦੀ ਸਖ਼ਤ ਮਨਾਹੀ ਹੈ। ਬਾਹੁਕਮ ਸਮਾਜ ਸੇਵੀ ਸੰਸਥਾ। ਧੰਨਵਾਦ। ਅਗਲੀ ਕਹਾਣੀ ਹੈ ਨੇਕ ਦਿਲ ਮਨੁੱਖ। ਲੋਕਾਂ ਦਾ ਹਰਮਨ ਪਿਆਰਾ ਨੇਤਾ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਸੀ। ਲੋਕਾਂ 'ਚ ਅਥਾਹ ਖੁਸ਼ੀ ਸੀ। ਦੇਸ਼ ਵਿੱਚ ਥਾਂ ਥਾਂ ਜਸ਼ਨ ਮਨਾਏ ਜਾ ਰਹੇ ਸਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨੇਤਾ ਦਾ ਗੁਣ ਗਾਇਨ ਕੀਤਾ ਜਾ ਰਿਹਾ ਸੀ। ਥਾਂ ਥਾਂ ਨੇਤਾ ਦੇ ਸਵਾਗਤ ਲਈ ਪੋਸਟਰ ਲਾਏ ਜਾ ਰਹੇ ਸਨ। ਬੁੱਢੇ, ਜਵਾਨ ਅਤੇ ਬੱਚੇ ਆਪਣੇ ਨੇਤਾ ਦੀ ਪ੍ਰਸ਼ੰਸਾ 'ਚ ਨਾਅਰੇ ਲਾ ਰਹੇ ਸਨ। ਮੁੱਖ ਥਾਵਾਂ 'ਤੇ ਸਵਾਗਤ ਕਰਨ ਲਈ ਲੋਕ ਹੱਥਾਂ ਵਿੱਚ ਹਾਰ, ਗੁਲਦਸਤੇ ਅਤੇ ਗੁਬਾਰੇ ਫੜੀ ਆਪਣੇ ਮਹਿਬੂਬ ਨੇਤਾ ਦੀ ਉਡੀਕ ਵਿੱਚ ਸਵਾਗਤ ਕਰਨ ਲਈ ਉਤਾਵਲੇ ਹੋ ਰਹੇ ਸਨ। ਸਾਰਾ ਦੇਸ਼ ਜਸ਼ਨ ਵਿੱਚ ਰੁੱਝਿਆ ਹੋਇਆ ਸੀ। ਸਾਮਰਾਜੀ ਤਾਕਤਾਂ ਦੀ ਗੁਲਾਮੀ ਤੋਂ ਦੇਸ਼ ਆਜ਼ਾਦ ਹੋ ਗਿਆ ਸੀ। ਇਸ ਗੁਲਾਮੀ ਨੂੰ ਦੂਰ ਕਰਨ ਲਈ ਉਸ ਨੇਤਾ ਨੇ ਕਿੰਨੇ ਸਾਲ ਜੇਲ੍ਹ ਦੇ ਤਸੀਹੇ ਝੱਲੇ ਸਨ। ਉਸਨੇ ਜ਼ੁਲਮ ਅਤੇ ਜ਼ਬਰ ਦਾ ਮੁਕਾਬਲਾ ਬੜੇ ਹੌਸਲੇ ਅਤੇ ਦ੍ਰਿੜਤਾ ਨਾਲ ਕੀਤਾ ਸੀ। ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਤਸੀਹੇ ਦਿਲ ਕੰਬਾਉਣ ਵਾਲੇ ਸਨ, ਪਰੰਤੂ ਉਸ ਨੇਤਾ ਨੇ ਆਪਣਾ ਮਨੋਬਲ ਕਾਇਮ ਰੱਖਿਆ, ਹੱਕ ਸੱਚ ਲਈ ਲੜਦਾ ਰਿਹਾ। ਲੋਕਾਂ ਨੇ ਵੀ ਆਪਣੇ ਸਿਦਕੀ ਨੇਤਾ ਲਈ ਦੇਸ਼ ਵਿੱਚ ਹੜਤਾਲਾਂ ਕੀਤੀਆਂ ਅਤੇ ਹਕੂਮਤ ਦੇ ਵਿਰੁੱਧ ਪ੍ਰਦਰਸ਼ਨ ਕੀਤੇ। ਕਾਨੂੰਨ ਦੀ ਲੰਮੀ ਲੜਾਈ ਲੜੀ ਗਈ, ਲੋਕਾਂ ਦੀ ਜਿੱਤ ਹੋਈ, ਨੇਤਾ ਜੇਲ੍ਹ 'ਚੋਂ ਬਰੀ ਹੋਇਆ। ਚੋਣਾਂ ਹੋਈਆਂ ਅਤੇ ਨੇਤਾ ਦੀ ਜਿੱਤ ਹੋਈ, ਆਖਰ ਦੇਸ਼ ਦਾ ਰਾਸ਼ਟਰਪਤੀ ਐਲਾਨਿਆ ਗਿਆ। ਲੋਕਾਂ ਨੂੰ ਜਸ਼ਨ ਮਨਾਉਂਦਿਆਂ ਕਈ ਮਹੀਨੇ ਲੰਘ ਗਏ। ਇੱਕ ਦਿਨ ਇੱਕ ਵੱਡੇ ਸ਼ਹਿਰ ਵਿੱਚ ਰਾਸ਼ਟਰਪਤੀ ਨੇਤਾ ਨੂੰ ਇੱਕ ਸ਼ਾਨਦਾਰ ਹੋਟਲ ਵਿੱਚ ਪ੍ਰੀਤੀ ਭੋਜਨ ਦਾ ਪ੍ਰਬੰਧ ਕੀਤਾ ਗਿਆ। ਹੋਟਲ ਖੂਬ ਸਜਾਇਆ ਗਿਆ, ਹੋਟਲ ਦੇ ਪ੍ਰਬੰਧਕਾਂ ਲਈ ਵੀ ਮਾਣ ਵਾਲੀ ਗੱਲ ਸੀ। ਹੋਟਲ ਦੇ ਬਹਿਰਿਆਂ ਨੂੰ ਵਿਸ਼ੇਸ਼ ਹਿਦਾਇਤਾਂ ਦਿੱਤੀਆਂ ਗਈਆਂ ਤਾਂ ਜੋ ਸੇਵਾ ਕਰਦਿਆਂ ਖਾਣੇ 'ਚ ਕੋਈ ਕਮੀ ਨਾ ਰਹਿ ਜਾਏ। ਰਾਤਰੀ ਦਾ ਵੇਲਾ ਹੋਣ ਕਾਰਨ ਸਾਰਾ ਹੋਟਲ ਅਤੇ ਆਲਾ ਦੁਆਲਾ ਰੌਸ਼ਨੀਆਂ ਨਾਲ ਜਗਮਗ ਕਰ ਰਿਹਾ ਸੀ। ਸੁਰੱਖਿਆ ਕਰਮਚਾਰੀਆਂ ਸਮੇਤ ਰਾਸ਼ਟਰਪਤੀ ਨੇਤਾ ਦਾ ਵੱਡੇ ਹਾਲ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ। ਸਾਰੇ ਖਾਣੇ ਮੇਜ਼ਾਂ 'ਤੇ ਸਜ ਗਏ। ਥੋੜ੍ਹੀ ਦੂਰ ਉਸ ਹਾਲ ਕਮਰੇ 'ਚ ਇੱਕ ਮੇਜ਼ 'ਤੇ ਇੱਕ ਅਧਖੜ ਉਮਰ ਦਾ ਬੰਦਾ ਵੀ ਬੈਠਿਆ ਹੋਇਆ ਸੀ। ਰਾਸ਼ਟਰਪਤੀ ਨੇਤਾ ਨੂੰ ਖਾਣਾ ਪਰੋਸਿਆ ਜਾ ਰਿਹਾ ਸੀ। ਨੇਤਾ ਨੇ ਉਸ ਬੰਦੇ ਵੱਲ ਟਿਕ ਟਿੱਕੀ ਲਾ ਕੇ ਵੇਖਿਆ ਅਤੇ ਆਪਣੇ ਕਰਮਚਾਰੀਆਂ ਨੂੰ ਉਸ ਬੰਦੇ ਨੂੰ ਆਪਣੇ ਖਾਣੇ ਵਾਲੇ ਮੇਜ਼ 'ਤੇ ਸ਼ਾਮਲ ਹੋਣ ਲਈ ਆਖਿਆ। ਉਹ ਬੰਦਾ ਵੀ ਖਾਣੇ 'ਚ ਸ਼ਾਮਲ ਹੋ ਕੇ ਖਾਣਾ ਖਾਣ ਲੱਗ ਪਿਆ। ਸੁਰੱਖਿਆ ਕਰਮਚਾਰੀ ਨੇ ਵੇਖਿਆ ਕਿ ਬੰਦਾ ਖਾਣਾ ਖਾਣ ਵੇਲੇ ਬਹੁਤ ਕੰਬ ਰਿਹਾ ਸੀ ਅਤੇ ਬਾਰ ਬਾਰ ਆਪਣੇ ਮੱਥੇ ਤੋਂ ਪਸੀਨਾ ਪੂੰਜੀ ਜਾ ਰਿਹਾ ਸੀ। ਨੇਤਾ ਨੇ ਵੀ ਉਹਦੀ ਹਾਲਤ ਨੂੰ ਘੋਖਿਆ। ਸਾਰਿਆਂ ਨੇ ਖਾਣਾ ਸਮਾਪਤ ਕੀਤਾ ਅਤੇ ਉਹ ਬੰਦਾ ਵੀ ਚੁੱਪਕਿਆਂ ਕੰਬਦਾ ਕੰਬਦਾ ਹੋਟਲ 'ਚੋਂ ਚਲਾ ਗਿਆ। ਇੱਕ ਸੁਰੱਖਿਆ ਕਰਮਚਾਰੀ ਨੇ ਨੇਤਾ ਨਾਲ ਉਸ ਬੰਦੇ ਦੀ ਗੱਲ ਛੇੜ ਹੀ ਲਈ ਅਤੇ ਉਸ ਕੰਬਣ ਅਤੇ ਪਸੀਨਾ ਪੂੰਝਣ 'ਤੇ ਪ੍ਰਸ਼ਨ ਕੀਤਾ। ਰਾਸ਼ਟਰਪਤੀ ਨੇਤਾ ਮੁਸਕਰਾਇਆ ਅਤੇ ਪ੍ਰਸ਼ਨ ਦਾ ਉੱਤਰ ਦੇਣ ਲੱਗਾ। ਅਸਲ 'ਚ ਬੰਦਾ ਜੇਲ੍ਹ ਸੁਪਰਡੈਂਟ ਸੀ ਜਦੋਂ ਮੈਂ ਕਾਲ ਕੋਠੜੀ 'ਚ ਬੰਦ ਕੀਤਾ ਹੋਇਆ ਸੀ। ਕਿੰਨੇ ਸਾਲ ਮੈਂ ਜੇਲ੍ਹ 'ਚ ਰਿਹਾ। ਲੋਕ ਜਾਣਦੇ ਹਨ ਜੇਲ੍ਹ ਨਰਕ ਹੁੰਦੀ ਹੈ। ਮੈਨੂੰ ਇਸ ਬੰਦੇ ਨੇ ਪੂਰੇ ਤਸੀਹੇ ਦਿੱਤੇ, ਮੇਰੇ ਠੁੱਡਾ ਵੀ ਮਾਰਿਆ, ਪਾਣੀ ਮੰਗਣ 'ਤੇ ਮੇਰੇ ਨਾਲ ਦੁਰਵਿਹਾਰ ਕਰਦਾ, ਡਰਾਉਂਦਾ, ਧਮਕਾਉਂਦਾ, ਮੇਰੀ ਕੁੱਟ ਮਾਰ ਕਰਦਾ। ਮੈਂ ਤਾਂ ਬੰਦੀ ਸੀ, ਸਾਰਾ ਕੁਝ ਸਹਿੰਦਾ ਰਿਹਾ। ਕੋਈ ਚੀਜ਼ ਮੰਗਣ 'ਤੇ ਮੇਰੇ ਉੱਤੇ ਪਿਸ਼ਾਬ ਵੀ ਕਰ ਦਿੰਦਾ, ਮੈਨੂੰ ਜ਼ਲੀਲ ਕਰਦਾ। ਹੁਣ ਉਹ ਜਾਣ ਗਿਆ ਕਿ ਮੈਂ ਉਹੀ ਕੈਦੀ ਦੇਸ਼ ਦਾ ਰਾਸ਼ਟਰਪਤੀ ਬਣ ਗਿਆ ਹਾਂ। ਮੈਨੂੰ ਵੇਖ ਕੇ ਉਹ ਕੰਬ ਰਿਹਾ ਸੀ ਅਤੇ ਮੱਥੇ 'ਤੇ ਪਸੀਨਾ ਪੂੰਜੀ ਜਾ ਰਿਹਾ ਸੀ। ਉਹ ਸੋਚਦਾ ਸੀ ਕਿ ਹੁਣ ਮੈਂ ਵੀ ਉਸ ਨਾਲ ਦੁਰਵਿਹਾਰ ਕਰਾਂਗਾ ਅਤੇ ਬਦਲਾ ਲਵਾਂਗਾ। ਮੇਰੇ ਕੋਲ ਤਾਕਤ ਵੀ ਹੈ, ਕਾਨੂੰਨ ਵੀ ਹੈ, ਪਰ ਮੈਂ ਇੰਝ ਨਹੀਂ ਕਰ ਸਕਦਾ। ਮੇਰੇ ਕੋਲ ਘਟੀਆ ਵਿਵਹਾਰ ਨਹੀਂ,
ਬਦਲਾ ਲੈਣ ਦੀ ਭਾਵਨਾ ਮਨੁੱਖ ਨੂੰ ਤਬਾਹੀ ਵੱਲ ਲੈ ਜਾਂਦੀ ਹੈ। ਨਫ਼ਰਤ ਨਫ਼ਰਤ ਨਾਲ ਨਹੀਂ ਪਿਆਰ ਨਾਲ ਘਟਦੀ ਹੈ। ਮਹਾਂਪੁਰਖਾਂ ਦਾ ਇਹ ਪ੍ਰਵਚਨ ਹੈ। ਅਜਿਹੀ ਸਹਿਣਸ਼ੀਲਤਾ ਹੀ ਮਨੁੱਖ ਨੂੰ ਵਿਕਾਸ ਵੱਲ ਲੈ ਜਾਂਦੀ ਹੈ। ਮੈਂ ਉਸ ਬੰਦੇ ਵਰਗੇ ਕਿਰਦਾਰ ਦਾ ਮਾਲਕ ਨਹੀਂ, ਮੈਂ ਲੋਕਾਂ ਦਾ ਸੇਵਾਦਾਰ ਹਾਂ, ਨੇਤਾ ਹਾਂ। ਰਾਸ਼ਟਰਪਤੀ ਨੇਤਾ ਦੇ ਚਿਹਰੇ ਦੀ ਮੁਸਕਾਨ ਹੋਰ ਗੂੜੀ ਹੋ ਗਈ ਸੀ। ਇਹ ਸੀ ਨੈਲਸਨ ਮੰਡੇਲਾ, ਜੋ ਦੱਖਣੀ ਅਫਰੀਕਾ ਦਾ ਰਾਸ਼ਟਰਪਤੀ ਬਣਿਆ, ਜਿਸ ਦੀ ਕੁਰਬਾਨੀ ਨੂੰ ਦੁਨੀਆ ਯਾਦ ਕਰਦੀ ਹੈ। ਅਜਿਹੇ ਨੇਤਾ ਸਦਾ ਅਮਰ ਰਹਿੰਦੇ ਹਨ। ਧੰਨਵਾਦ। ਅਗਲੀ ਕਹਾਣੀ, ਸਮਝਦਾਰ ਨੂਰ। ਐਤਵਾਰ ਦਾ ਦਿਨ ਸੀ, ਵਰਖਾ ਹੋ ਕੇ ਹਟੀ ਸੀ। ਸਵੇਰੇ ਸਵੇਰੇ ਨੂਰ ਆਪਣੇ ਦਾਦਾ ਜੀ ਨਾਲ ਪਾਰਕ ਵਿੱਚ ਸੈਰ ਕਰ ਰਿਹਾ ਸੀ। ਪਾਰਕ ਘਰ ਦੇ ਨੇੜੇ ਸੀ, ਸੂਰਜ ਅਜੇ ਨਿਕਲਿਆ ਨਹੀਂ ਸੀ। ਨੂਰ ਨੇ ਅਜੇ ਪਾਰਕ ਵਿੱਚ 2 ਚੱਕਰ ਹੀ ਲਾਏ ਸਨ। ਉਹ ਆਪਣੇ ਦਾਦਾ ਜੀ ਨੂੰ ਆਪਣੀ 4th ਸ਼੍ਰੇਣੀ ਦੀ ਪੰਜਾਬੀ ਪਾਠ ਪੁਸਤਕ 'ਚੋਂ ਫੁੱਲਾਂ ਬਾਰੇ ਲਿਖੀ ਕਵਿਤਾ ਸੁਣਾਉਣ ਲੱਗ ਪਿਆ। ਪਾਰਕ 'ਚ ਖਿੜੇ ਫੁੱਲਾਂ ਨੂੰ ਵੇਖ ਕੇ ਉਸਨੂੰ ਫੁੱਲਾਂ ਵਾਲੀ ਕਵਿਤਾ ਯਾਦ ਆ ਗਈ ਸੀ। ਪਾਰਕ ਵਿੱਚ ਕੋਈ ਟਾਵਾਂ ਟਾਵਾਂ ਬੰਦਾ ਹੀ ਸੈਰ ਕਰ ਰਿਹਾ ਸੀ। ਅਚਾਨਕ ਨੂਰ ਨੂੰ ਕਿਸੇ ਪੰਛੀ ਦੇ ਚੀਕਣ ਦੀ ਆਵਾਜ਼ ਕੰਨੀ ਪਈ। ਆਵਾਜ਼ ਤੋਂ ਇਉਂ ਲੱਗਿਆ ਜਿਵੇਂ ਕੋਈ ਪੰਛੀ ਆਪਣੀ ਜਾਨ ਬਚਾਉਣ ਲਈ ਚੀਕਾਂ ਮਾਰ ਰਿਹਾ ਹੋਵੇ। ਦਾਦਾ ਜੀ ਉਹ ਵੇਖੋ, ਇੱਕ ਪੰਛੀ ਤੜਫ ਰਿਹਾ, ਇੱਕ ਕੁੱਤਾ ਉਸ 'ਤੇ ਝਪਟ ਰਿਹਾ, ਨੂਰ ਉੱਚੀ ਹੋ ਕੇ ਬੋਲਿਆ। ਪਾਰਕ ਦੇ ਬਾਹਰ ਇੱਕ ਪੰਛੀ ਦਾ ਬੋਟ ਆਪਣੀ ਜਾਨ ਬਚਾਉਣ ਲਈ ਤੜਫ ਰਿਹਾ ਸੀ। ਨੂਰ ਅਤੇ ਉਸਦੇ ਦਾਦਾ ਜੀ ਝੱਟ ਪਾਰਕ ਤੋਂ ਬਾਹਰ ਭੱਜੇ ਆਏ। ਕੁੱਤਾ ਪੰਛੀ ਦੇ ਬੋਟ ਨੂੰ ਖਾਣ ਲਈ ਉਸ 'ਤੇ ਝਪਟ ਰਿਹਾ ਸੀ। ਨੂਰ ਨੇ ਕੁੱਤੇ ਨੂੰ ਖਦੇੜਨ ਲਈ ਉਸਨੂੰ ਫੜਕੇ ਰਿਹਾ ਅਤੇ ਦਾਦਾ ਜੀ ਨੇ ਵੀ ਘੁਰਕ ਕੇ ਕੁੱਤੇ ਨੂੰ ਉੱਥੋਂ ਭਜਾਉਣ ਲਈ ਇੱਕ ਫੱਟੀ ਦਾ ਡਰਾਵਾ ਦਿੱਤਾ। ਕੁੱਤਾ ਡਰਦਾ ਮਾਰਾ ਦੂਰ ਜਾ ਕੇ ਖੜੋ ਗਿਆ। ਬੋਟ ਚੀਂ ਚੀਂ ਕਰ ਰਿਹਾ ਸੀ। ਨੂਰ ਦੇ ਦਾਦਾ ਜੀ ਨੇ ਵੇਖਿਆ ਕਿ ਬੋਟ ਦੇ ਖੰਭ ਗਿੱਲੇ ਹੋਏ ਸਨ। ਕਿਤੋਂ ਉੱਡਦਾ ਉੱਡਦਾ ਉਹ ਪਾਰਕ ਦੇ ਬਾਹਰ ਆ ਬੈਠਾ ਸੀ, ਜਿਵੇਂ ਉਹ ਆਪਣਾ ਟਿਕਾਣਾ ਭੁੱਲ ਗਿਆ ਹੋਵੇ ਅਤੇ ਦੂਰ ਖੜਾ ਕੁੱਤਾ ਅਜੇ ਵੀ ਬੋਟ ਨੂੰ ਖਾਣ ਲਈ ਧਰਤੀ 'ਤੇ ਪਹੁੰਚੇ ਮਾਰ ਰਿਹਾ ਸੀ। ਬੋਟ ਡਰਿਆ ਹੋਇਆ ਟਪੂਸੀਆਂ ਮਾਰ ਰਿਹਾ ਸੀ। ਦਾਦਾ ਜੀ ਇਹਨੂੰ ਆਪਾਂ ਬਚਾਈਏ, ਨਹੀਂ ਤਾਂ ਕੁੱਤੇ ਨੇ ਇਹਨੂੰ ਖਾ ਜਾਣਾ। ਨੂਰ ਦੇ ਮੂੰਹੋਂ ਹਮਦਰਦੀ ਭਰੇ ਬੋਲ ਨਿਕਲੇ। ਹਾਂ ਹਾਂ ਬੇਟਾ ਨੂਰ। ਨੂਰ ਦੇ ਦਾਦਾ ਜੀ ਨੇ ਬੜੀ ਸਾਵਧਾਨੀ ਨਾਲ ਬੋਟ ਨੂੰ ਖੰਭਾਂ ਤੋਂ ਫੜ ਲਿਆ। ਬੋਟ ਡਰਿਆ ਹੋਇਆ ਲਿਲਕੜੀਆਂ ਕੱਢ ਰਿਹਾ ਸੀ। ਨੂਰ ਦੇ ਦਾਦਾ ਜੀ ਨੇ ਆਪਣੇ ਖੀਸੇ 'ਚੋਂ ਰੁਮਾਲ ਕੱਢ ਕੇ ਬੋਟ ਦੇ ਖੰਭਾਂ ਨੂੰ ਪਲੋਸਿਆ। ਬੋਟ ਨੂੰ ਜਿਵੇਂ ਆਰਾਮ ਜਿਹਾ ਆ ਗਿਆ ਅਤੇ ਚੁੰਝ ਖੋਲ੍ਹ ਕੇ ਚੀਂ ਚੀਂ ਕਰਨ ਲੱਗਾ। ਨੂਰ ਬਹੁਤ ਧਿਆਨ ਨਾਲ ਬੋਟ ਨੂੰ ਤੱਕ ਰਿਹਾ ਸੀ। ਨੂਰ ਦੇ ਦਾਦਾ ਜੀ ਨੇ ਬੋਟ ਨੂੰ ਪਾਰਕ 'ਚ ਖੜ੍ਹੇ ਇੱਕ ਰੁੱਖ ਦੀ ਟਹਿਣੀ 'ਤੇ ਬਿਠਾ ਦਿੱਤਾ ਤਾਂ ਜੋ ਉਹਦਾ ਕੁੱਤੇ ਤੋਂ ਬਚਾਅ ਹੋ ਸਕੇ। ਲੈ ਪੁੱਤਰ ਨੂਰ, ਹੁਣ ਇਹ ਧੁੱਪ ਚੜ੍ਹੇ ਅਤੇ ਆਪੇ ਆਪਣੇ ਟਿਕਾਣੇ ਵੱਲ ਉੱਡ ਜਾਏਗਾ। ਇਹਦੀ ਜਾਨ ਬਚ ਗਈ, ਚੰਗਾ ਕੀਤਾ ਇਹਦੇ ਚੀਕਣ ਦੀ ਆਵਾਜ਼ ਤੂੰ ਸੁਣ ਲਈ। ਨੂਰ ਨੂੰ ਪੰਛੀਆਂ 'ਤੇ ਦਇਆ ਕਰਨੀ ਵਾਲੀ ਕਵਿਤਾ ਯਾਦ ਆ ਗਈ। ਨੂਰ ਖੁਸ਼ ਸੀ ਕਿ ਬੋਟ ਹੁਣ ਸੁਰੱਖਿਅਤ ਸੀ। ਪਾਰਕ 'ਚ ਖਿੜੇ ਫੁੱਲ ਜਿਵੇਂ ਇਸ ਗੱਲ ਦੀ ਗਵਾਹੀ ਭਰ ਰਹੇ ਹੋਣ। ਧੰਨਵਾਦ।